ਮੈਨੂੰ ਕਿਸੇ ਨੇ ਰਹੇ ਸੈਂਡ ਆ। ਕੀਤਾ, ਕਹਿੰਦਾ ਤੂੰ ਨਿਮਰਤ ਦੀ ਅੰਗਰੇਜ਼ੀ ਨੂੰ ਐ ਕਰ ਰਿਹਾ, ਨਿਮਰਤ ਦਾ ਗਾਣਾ ਸੁਣ। ਮੈਂ ਕਿਹਾ ਇਹ ਕਿਹੜਾ ਨਿਮਰਤ ਗਾਣਾ, ਪਹਿਲਾਂ ਤਾਂ ਮੈਨੂੰ ਤੂੰ ਪਛਾਣ ਚ ਨਹੀਂ ਆਈ। ਜਦ ਮੈਂ ਦੇਖਿਆ, ਮੈਂ ਕਿਹਾ ਹਾਂ ਨਿਮਰਤ ਗਾਣੇ ਇੰਗਲਿਸ਼ ਗਾਣਾ ਗਾਉਂਦੀ ਪੂਰਾ ਕਿ ਪੂਰਾ ਅੰਗਰੇਜ਼ੀ ਭਾਜੀ। ਮੈਂ ਸਭ ਕੁਝ ਛੱਡਦਾ, ਮੈਂ ਸਿਰਫ ਪੰਜਾਬੀ ਗਾਣੇ ਗਾਉਂਦੀ ਆ। ਨਹੀਂ ਉਹ ਸੁਣਾਇਓ ਸੁਣਾਓ, ਥੋੜੇ ਸੁਣਾ ਦਿਓ, ਥੋੜਾ ਅੰਗਰੇਜ਼ੀ ਸੀ ਥੋੜਾ ਜਿਹਾ। ਥੋੜਾ ਅਗਲੀ ਅਗਲੀ ਜੋੜੀ ਹਾਲੀਵੁੱਡ ਚ। ਹਾਂ ਸੁਣਾ ਦੇ ਬੜਾ ਜਿਹਾ ਫਿਰ। ਨਾ ਨਾ ਮੈਨੂੰ ਨੀ ਆਉਂਦਾ, ਚੇਤਾ ਭੁੱਲ ਗਿਆ। ਉਦੋਂ ਤਾਂ ਯੂਥ ਫੈਸਟੀਵਲ ਚ ਗਾਉਂਦੇ ਸੀ ਕੋਈ 7-8 ਸਾਲ ਪਹਿਲਾਂ, ਕੀ ਸੀ? ਚੇਤਾ ਭੁੱਲ ਗਿਆ ਮੈਨੂੰ ਨੀ ਯਾਦ ਹੋਣਾ। 7-8 ਸਾਲ ਪੁਰਾਣੀਆਂ ਗੱਲਾਂ ਯਾਦ ਰਹਿੰਦੀਆਂ ਬੰਦੇ ਨੂੰ, ਝੂਠ ਬੋਲਦੀ ਵੀ ਤੂੰ ਫੜੀ ਉਤਰ ਜਾਂਦੀ ਫਿਰ। ਗਿਆ। ਨਾ ਨਾ ਪੱਕਾ ਪੱਕਾ ਸਰ, ਪੂਰਾ ਅੰਗਰੇਜ਼ੀ ਗਾਇਆ ਨੇ ਭਾਈ। ਮੈਂ ਕਿਤੇ, ਮੈਨੂੰ WhatsApp ਆਇਆ ਸੀ ਜਿੰਮੀ ਗੱਲ ਹੋਇਆ। ਚੇਂਜ ਕਰੋ, ਹੋਰ ਸੁਣਾਓ ਫਿਲਮ ਦੀ ਗੱਲ। ਅੱਛਾ ਮੈਂ ਸਵਾਲ ਲਿਖੇ ਸਨ। ਹਾਂਜੀ ਭਾਈ। ਨਹੀਂ ਨਹੀਂ ਬਸ ਬਹੁਤ ਹੋ ਗਏ ਸਵਾਲ ਭਾਜੀ। ਨਹੀਂ ਨਹੀਂ ਪੁੱਛੋ। ਮੈਂ ਵੈਸੇ ਕਹਿੰਦਾ ਸੀਗਾ ਕਿ ਗਾਣਾ ਨਿਮਰਤ ਜੋ ਅੱਜ ਗਾ ਗਿਆ ਉਹ ਸੁਣਾ ਦੂ, ਜਾਂ ਥੋੜਾ ਜਿਹਾ ਅੰਗਰੇਜ਼ੀ ਸੁਣਾ ਦੇ, ਕੁਛ ਸੁਣਾ ਦੇ। ਮੈਂ ਭੋਜਪੁਰੀ ਸੂਟ ਤੇ ਬੈਠੀ, ਸਾਰੇ ਮੇਰੇ ਵੱਲ ਵੇਖਣ ਦੇ। ਕੈਮਰਾ ਉਧਰ ਨੂੰ ਕਮਾਈ ਕੋਲ ਬੈਠਾ, ਵਾਵਾ ਹੀ ਜਾਣੇ ਨੇ ਰਹਿਣ ਦੇ ਫਿਰ ਨਾ ਕਮਾਈ, ਸਾਨੂੰ ਜੰਗਲਾ ਦੇ ਬਾਬਾ ਜਾਣੇ। ਸੁਣਾ ਦੇ ਫਿਰ, ਗਾਣਾ ਸੁਣਾ ਦੇ ਕੋਈ। ਸੁਣਾਇਓ ਕੁੜੀ ਪਟਲੀ ਗੱਭਰੂਆ, ਪਤਾ ਹੀ ਤੂੰ ਇਹੀ ਸੁਣਾਉਣਾ। ਗੱਲਾਂ ਸ਼ਹਿਦ ਵਰਗੀਆਂ ਮਿੱਠੀਆਂ ਮਿੱਠੀਆਂ ਕਰਕੇ ਵੇ, ਕੁੜੀ ਪਟਲੀ ਗੱਭਰੂਆ। ਬਹੁਤ ਅੱਛੇ ਭਾਜੀ, ਇੱਕ ਸਵਾਲ ਹੋ ਰਹੇ। ਹਾਂਜੀ ਸਰ, ਨਿਮਰਤ ਨੇ ਨਿਮਰਤ ਦੀ ਪਹਿਲੀ ਫਿਲਮ ਜਾਂ ਨਿਮਰਤ ਦੀਆਂ ਹੁਣ ਤੱਕ ਕਿਹੜੀਆਂ ਕਿਹੜੀਆਂ ਫਿਲਮਾਂ ਆਈਆਂ ਨੇ? ਭਾਜੀ ਨਿਮਰਤ ਦੀ ਅਫਸਰ, ਤੀਜਾ ਪੰਜਾਬ, ਲਾਹੌਰੀਆ, ਓਕੇ, ਸੌਂਕਣ ਸੌਂਕਣੇ, ਚਾਰ 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 ਇੱਕ ਜੋੜੀ, ਪੰਜਵੇਂ ਗੱਲ ਐ ਤੇ ਭਾਜੀ ਸਾਰਾ ਪਤਾ ਸੀ। ਇਹ ਅਸੀਂ ਹੁਣੇ ਇੱਕ ਇੰਟਰਵਿਊ ਕੀਤਾ ਸੀ, ਉਹ ਚ ਮੈਨੂੰ ਰਟਾਤਾ ਕੁੜੀ ਨੇ। ਅੱਛਾ, ਨਿਮਰਤ ਭਾਜੀ ਦੀ ਪਹਿਲੀ ਟੇਪ ਦਾ ਨਾਮ? ਓਏ ਹੋਏ ਇਸ਼ਕ ਦਾ ਉਡਾ ਡਾੜਾ। ਆ ਲੈ ਤਾ ਕਮਾਲ ਹੋ ਗਈ ਸਾਰੀ ਨਾ, ਕੀ ਬਾਤ! ਇਹ ਤੇ ਸਵਾਲ ਮੇਰੇ ਉੱਠੇ ਨਹੀਂ। ਜਿੰਨੀ ਹੁਣ ਫਿਲਮ ਉੱਠ ਗਈ ਭਾਜੀ, ਹੁਣ ਹੋਰ ਨਹੀਂ ਕੁਝ ਉੱਠਣਾ ਲੈ। ਸ਼ੁਕਰ, ਥੈਂਕ ਯੂ ਗਾਇਸ, ਜਿਹੜੇ ਤੁਸੀਂ ਦੇਖਦੇ ਵੀ ਪਏ ਆ ਲਾਈਵ, ਜਾਂ ਜਿਹਨਾਂ ਨੇ ਬਾਅਦ ਚ ਵੀ ਦੇਖਣਾ, ਜਾਂ ਜਿਹੜੇ ਨੇ ਫਿਲਮ ਦੇਖ ਲਈ, ਬਹੁਤ ਥੈਂਕ ਯੂ, ਧੰਨਵਾਦ ਸਾਰਿਆਂ ਦਾ। ਇਦਾਂ ਦਾ ਰਿਐਕਸ਼ਨ ਇਦਾਂ ਤਾਂ ਸੀਗਾ ਭਾਈ ਕਿ ਜਦੋਂ ਇਹ ਉਹ ਰਿਐਕਸ਼ਨ ਸੀ ਜਦੋਂ ਮੈਂ 2020 ਚ ਫਿਲਮ ਦੇਖੀ ਸੀ। 2020 ਦੇ ਵਿੱਚ ਭਾਜੀ ਨੇ ਮੈਨੂੰ ਫਸਟ ਕੱਟ ਭੇਜਿਆ ਸੀ ਫਿਲਮ ਦਾ, ਤੇ ਜਦੋਂ ਮੈਂ 2020 ਚ ਫਸਟ ਕੱਟ ਦੇਖਿਆ ਸੀ, ਉਦੋਂ ਮੈਂ ਭਾਜੀ ਨੂੰ ਫੋਨ ਜਜ਼ਬਾਤੀ ਹੋ ਕੇ ਕੀਤਾ ਸੀ। ਮੈਂ ਭਾਈ ਇਹ ਕਲਟ ਬਣੂਗੀ ਫਿਲਮ, ਇਹ ਤੁਸੀਂ ਕੁਛ ਹੋਰ ਬਣਾਤਾ। ਮੈਨੂੰ ਤੁਹਾਡੇ ਲਫ਼ਜ਼ ਯਾਦ ਨੇ ਭਾਜੀ, ਇਸ ਲਈ ਕਿ ਭਾਜੀ ਕਹਿੰਦੇ ਕਿ ਭਾਜੀ ਜੇ ਤੁਸੀਂ ਮੇਰੇ ਕੋਲੇ ਹੁੰਦੇ ਤੇ ਮੈਂ ਤੁਹਾਨੂੰ ਘੁੱਟ ਕੇ ਜੱਫੀ ਜੱਫੀ ਪਾਉਣਾ। ਸੱਚੀ ਗੱਲ ਹੈ ਭਾਈ, ਉਹ ਉਹ ਜਿਹੜੀ ਉਹ ਫੀਲ, ਮੇਰਾ ਪਹਿਲੀ ਵਾਰੀ ਫਿਲਮ ਦੇਖ ਕੇ ਮੇਰਾ ਇਹ ਫੀਲ ਸੀ, ਮੈਂ ਜੇ ਤੁਸੀਂ ਮੇਰੇ ਕੋਲ ਹੁੰਦੇ ਜੱਫੀ ਪਾਉਣਾ। ਜੋ ਅੱਜ ਘਰ ਘਰ ਮਾਹੌਲ ਹੈ, ਫਿਲਮ ਬਣ ਗਈ ਹੈ ਨਾ ਭਾਜੀ, ਫਿਰ ਕਰੋਨਾ ਆ ਗਿਆ ਹੈ ਜੀ, ਫਿਰ ਹੋਰ ਫਿਰ ਰਿਲੀਜ਼ ਨਹੀਂ ਹੋਈ, ਫਿਰ ਡਰ ਫਿਰ ਡਰ ਡਰ ਪੈਣ ਲੱਗ ਪਿਆ ਕਿ ਯਾਰ ਲੋਕਾਂ ਨੂੰ ਕਿੱਦਾਂ ਦੀ ਲੱਗੂਗੀ ਕਿੱਦਾਂ ਦੀ ਲੱਗੂ, ਫਿਰ ਡਰ ਗਿਆ। ਤੇਲ ਹੁੰਦਾ ਹੈ, ਸ਼ੋਰ ਨਹੀਂ ਸੀ। ਹਾਂ 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 ਸ਼ੋਰ ਨਹੀਂ ਸੀ, ਪਰ ਮੇਰੇ ਨਾਲ ਦੇ ਸ਼ੋਰ ਸੀ, ਜਿੱਦਾਂ ਜਿੰਨੇ ਨਾਲ ਦੇ ਬੰਦੇ ਉਹ ਸਾਰੇ ਕਹਿੰਦੇ ਬਹੁਤ ਵਧੀਆ ਬਹੁਤ ਵਧੀਆ। ਭਾਜੀ ਤੁਹਾਡੇ ਨਾਲ ਦੇ ਬੰਦੇ ਇੱਕ ਗੱਲ ਕਰਦੇ ਹੁੰਦੇ ਸਨ ਆਸਕਰ ਵਾਲੀ, ਹਾਂਜੀ ਹਾਂਜੀ, ਮੈਂ ਹਲੇ ਦੱਸਾਂਗਾ ਨਹੀਂ, ਪਰ ਅਵਾਰਡ ਨਹੀਂ ਪਰ ਨੇੜੇ ਭਵਿੱਖ ਚ ਕੁਛ ਦਿਨਾਂ ਜੀ ਉਹ ਸਾਡੇ ਵੱਲੋਂ ਇੱਕ ਹੈ, ਇਹ ਫਿਲਮ ਦੇ ਨਾਲ ਕਿਤੇ ਨਾ ਕਿਤੇ ਆਸਕਰ ਲਫ਼ਜ਼ ਜੁੜਨ ਵਾਲਾ ਹੈ। ਓ ਵੈਰੀ ਗੁੱਡ, ਕੀ ਬਾਤ ਆ, ਤਾਂ ਨਵਾਂ ਨਵਾਂ ਖੁਲਾਸਾ ਹੋ ਗਿਆ ਭਾਈ, ਜਿਹੜੀਆਂ ਨਿਊਜ਼ ਨੇ ਹੈ ਉਹੀ ਖੁਸ਼ਖਬਰੀ ਤੇ ਇਹ ਉਹੀ ਖੁਸ਼ਖਬਰੀ ਜਿਹੜੀ ਮੈਂ ਸਵੇਰੇ ਲਿਖ ਕੇ ਡਿਲੀਟ ਕਰਤੀ ਹੈ, ਮੈਂ ਰਹਿ ਗਿਆ ਨਿਮਰਤ ਨੂੰ। ਨਹੀਂ ਨਹੀਂ ਭਾਜੀ, ਮੈਂ ਰਹਿ ਗਿਆ, ਮੈਨੂੰ ਪਤਾ ਲੱਗ ਭੇਜਿਆ ਨਾ, ਮੈਂ ਮੈਸੇਜ ਭੇਜਿਆ, ਫਿਰ ਮੈਂ ਡਿਲੀਟ ਕਰਤਾ। ਪੜ ਲਿਆ? ਨਾ ਨਹੀਂ ਪੜਿਆ, ਇੰਨੀ ਫਾਸਟ ਕਿੱਥੇ ਹੈਗੀ ਮੈਂ, ਨਹੀਂ ਪੜਿਆ। ਤੇ ਕਿਤੇ ਨਾ ਕਿਤੇ ਕੁਝ ਦਿਨਾਂ ਚ ਉਹਨਾਂ ਵੱਲੋਂ ਹੋ ਗਿਆ, ਸਾਡੇ ਵੱਲੋਂ ਇੱਕ ਚੀਜ਼ ਬਾਕੀ ਹੈ। ਓਏ ਹੋਏ ਹੋਏ ਹੋਏ,
खुलासा हो गया न्यूज चैनल चला तहलका जोड़ना मोटे मोटे अखा जोड़ी खबर बहुत वड्डी गल है और जिस तरह सिंगर्स दा भी या हर कलाकार दा एक ना कोई सपना होंदा है उसे तरह फिल्म मेकर या फिल्म अपने सारे दा इस लाइन नाल जुड़े बंदियां दा कनेक्ट एक ऑस्कर ही हुंदा ओही हुंदा भाई और यह अवार्ड दी गल नहीं मैं कह रहा अवार्ड नहीं है कुछ है ठीक है यार क्लियर है भाई अवार्ड नहीं है कुछ होर है मेरा मुड़ के अवार्ड नहीं है सानू थाने गल भी नहीं पता है सिर्फ अंबर भाई नूं पता गल ਕਈਆਂ ਨੇ ਕਹਿਣਾ ਮੈਂ ਮਰੀ ਜਾਂਦੇ ਆ ਕੋਈ ਨੀ ਚਲੋ ਭਾਈ ਫਿਲਮ ਲੋਕਾਂ ਤੱਕ ਪਹੁੰਚ ਗਈ ਪਹਿਲੇ ਦਿਨ ਤਾਂ ਮਨ ਉਦਾਸ ਸੀ ਕਿ ਫਿਲਮ ਲੱਗੀ ਨੀ ਜਦੋਂ ਉਦੋਂ ਥੋੜਾ ਜਿਹਾ ਮਨ ਉਦਾਸ ਹੋ ਗਿਆ ਸੀ ਤੇ ਮੈਂ ਸੋਚਿਆ ਇਹ ਸਾਲਾ ਕੀ ਹੋ ਗਿਆ ਵੀ ਏਦਾਂ ਤਾਂ ਕਦੇ ਹੋਇਆ ਨੀ ਲਾਈਫ ਚ ਵੀ ਫਿਲਮ ਰਿਲੀਜ਼ ਨਾ ਹੋਈ ਹੋਵੇ ਪਹਿਲੇ ਦਿਨ ਤੇ ਉਹ ਮਨ ਉਦਾਸ ਹੋਇਆ ਫਿਰ ਮੈਂ ਉਦਣ ਕੁੱਕੜ ਬਣਾਇਆ ਆਪ ਹੀ ਤੇ ਖਾਧਾ ਰਾਤ ਮੈਂ ਤੂੰ ਬਾਅਦ ਮੋਬਾਈਲ ਕਰ ਜਟਾ ਫਿਰ ਮੈਨੂੰ ਉਦਾਂ ਕੋਈ ਕੋਈ ਚੀਜ਼ ਏਦਾਂ ਦੀ ਚਾਹੀਦੀ ਹੁੰਦੀ ਜਿਹੜਾ ਜਿਹਦੇ ਨਾਲ ਮੈਂ ਟਾਈਮ ਸਪੈਂਡ ਕਰ ਸਕਾਂ ਫਿਰ ਮੈਂ ਕੁਕਿੰਗ ਕੀਤੀ ਕੁਕਿੰਗ ਕੀਤੀ ਖਾਧਾ ਆਰਾਮ ਨਾਲ ਬਾਹਰ ਬਹਿ ਕੇ ਨੱਠਣ ਉੱਠਣ ਗਿਆ ਤੇ ਪੰਜ ਸੱਤ ਗੇੜੇ ਨੱਠ ਕੇ ਲਾਏ ਪਾਰਕ ਦੇ ਵਿੱਚ ਪੂਰੀ ਐਨਰਜੀ ਐਨ ਖਤਮ ਕਰਤੀ ਫਿਰ ਸ਼ਾਮ ਤੱਕ ਮੈਂ ਕਿਹਾ ਜੋ ਹੋਊਗਾ ਦੇਖੀ ਹੋਊਗਾ ਫਿਰ ਮਾਸਟਰ ਕਿਰਪਾ ਕਰਤੀ ਭਾਈ ਤੁਹਾਨੂੰ ਦੱਸੋ ਸਾਡੇ ਨਾਲ ਕੀ ਹੋਇਆ ਸੀਗਾ ਉਹ ਮੈਂ ਦੱਸ ਨਹੀਂ ਸਕਦਾ ਵੀ ਲੀਗਲ ਗੱਲ ਹੈ ਹਾਂ ਕਿਉਂ ਵੀਰ ਹਾਂ ਮੈਨੂੰ ਲੱਗ ਗਿਆ ਪਤਾ ਭਾਈ ਇੰਟਰਸ ਸੀ ਪਿਆ ਹਾਂ ਹਾਂ बहुत हिम्मत रखी मैं क्या नहीं बन जानी गल बन जानी ओही फिर जो चार बजे पता लगा जो मैं लगा चार बजे पता मैं रोन लग पी झूठ हां रो के मैं थोड़ा स्पून हो जाता हूं फिर मैं क्या अगले दिन मैं क्या भी बाबा जी इतनी मेहनत की थी आ चलो जो तही करोगे ठीक ही करोगे फिर अगले दिन होगी कल के डाना आ रही है फिल्म फिर ता मैं क्या हुण वधिया तरह प्रमोट करनी फिल्म बस आ गई वेरी गुड बस उधर ना थोड़ा नुकसान ही होया कि कितने कितने जेड़ा भाई मंडियां सी ना बहुत ज्यादा न्यूज चली के नहीं आ रही फिल्म नहीं आ रही फिल्म चलो पहला चला ले ठीक है तुम कोई गल नहीं चला लो है ना पर जो आ गई है उदों दा हट जो दो दिन बाद भी मैं ट्विटर ते ही लड़ी गया मैं यार आ गई हो ना ओए पुरानियां खबरां ना लाओ ओए बासी खबरां ना लाओ पता नहीं भाजी जिते ना न्यूज दा बड़ा असर हुंदा टीवी दा असीं जिद्दर स्क्रीनिंग कीती है ना मोहाली हां जी मतलब लिफ्ट दे विच अंकल आंटी मिले जिहड़े पैंट शर्ट वाले अच्छे पढ़े लिखे पर चलो अज जिस तरह का वर्ड ऑफ माउथ है और जिन्हें लंबे लेख लिखे गए ने शुकर भाई शुकर मैं मेरे मेरे डैड बहुत घट उन्होंने कोई फिल्म का कोई ਗੱਲ ਵੀ ਸਾਡੀ ਮਤਲਬ ਟੂ ਦਾ ਪੁਆਇੰਟ ਜੀ ਹੁੰਦੀ ਹੁੰਦੀ ਆ ਤੇ ਉਹ ਸਵੇਰੇ ਸਵੇਰੇ ਉੱਠੇ ਹੁਣ ਸੋਮਵਾਰ ਲੱਗੂ ਤੁਹਾਡੀ ਫਿਲਮ ਲੈ ਕੇ ਸੋਮਵਾਰ ਕਾਹਤੇ ਲੱਗੂਗੀ ਸਾਡੀ ਫਿਲਮ ਹੈ ਕਹਿੰਦੇ ਉਹ
ਸਟੇ ਲੱਗ ਗਿਆ ਤੁਹਾਡੇ ਤੇ ਮੈਂ ਕਿਹਾ ਜੀ ਅੱਛਾ ਤੇ ਪਤਾ ਨੀ ਕਿਵੇਂ ਹੁਣ ਗੱਲ ਪਹੁੰਚ ਜਾਂਦੀ ਨਾ ਉਹ ਫੋਨ ਚਲਾਉਂਦੇ ਆ ਬਹੁਤਾ ਖਬਰਾਂ ਸੁਣਦੇ ਹੁੰਦੇ ਐ ਕਹਿੰਦੇ ਹੁਣ ਸੋਮਵਾਰ ਲੱਗੂ ਮੈਂ ਕਿਹਾ ਜੀ ਚਲੋ ਠੀਕ ਆ ਮੈਂ ਬੋਲਿਆ ਨੀ ਕੁਛ ਹੁਣ ਪਹਿਲੇ ਮੈਂ ਤਾਂ ਦੁਖੀ ਬਹੁਤ ਸੀ ਤੇ ਚਲੋ ਰਾਤ ਨੂੰ ਫਿਲਮ ਲੱਗ ਗਈ ਸਵੇਰ ਨੂੰ ਉੱਠ ਕੇ ਸਭ ਤੋਂ ਪਹਿਲਾਂ ਰਿਵਿਊ ਵੀ ਉਹਨਾਂ ਨੇ ਦਿੱਤਾ ਮੈਨੂੰ ਅੱਛਾ ਤੇ ਮੈਂ ਸਵੇਰੇ ਬ੍ਰੇਕਫਾਸਟ ਬਣਾ ਰਿਹਾ ਸੀ ਉੱਪਰੋਂ ਆਏ ਕਹਿੰਦੇ ਫਿਲਮ ਦੀ ਬਹੁਤ ਤਾਰੀਫ ਆ ਬਈ ਕਹਿੰਦੇ ਫਿਲਮ ਬਹੁਤ ਵਧੀਆ ਹਾਸੇ ਵੀ ਹੈ ਬਹੁਤ ਸਾਰੇ ਤੇ ਮਤਲਬ ਇਮੋਸ਼ਨਲ ਵੀ ਹੈ ਫਿਲਮ ਦੀ ਲੋਕੀ ਬਹੁਤ ਤਾਰੀਫ ਕਰ ਰਹੇ ਆ ਕਹਿੰਦੇ ਦਿਲਜੀਤ ਦਾ ਕੰਮ ਵਧੀਆ ਨਿਮਰਤ ਦੀਆਂ ਅੱਖਾਂ ਬੋਲਦੀਆਂ ਮੈਂ ਕਿਹਾ ਲੈ ਅੱਛਾ ਬਹੁਤ ਮੈਂ ਕਿਹਾ ਮੇਰਾ ਤੇਰਾ ਤਾਂ ਠੀਕ ਹੀ ਹੁੰਦਾ ਕਹਿੰਦੇ ਨਿਮਰਤ ਦੀਆਂ ਅੱਖਾਂ ਤੇ ਅੱਖਾਂ ਬੋਲਦੀਆਂ ਸੋ ਪਹਿਲਾ ਰਿਵਿਊ ਵੀ ਮੈਨੂੰ ਡੈਡੀ ਨੇ ਦਿੱਤਾ ਸਵੇਰੇ ਉੱਠਦੇ ਸਾਰਿਆਂ ਪਰ ਉਹਨਾਂ ਤੱਕ ਵੀ ਇਹ ਗੱਲ ਪਹੁੰਚ ਗਈ ਸੀ ਕਿ ਫਿਲਮ ਜਿਹੜੀ ਆ ਉਹ ਨਹੀਂ ਲੱਗ ਰਹੀ ਸੋ ਨਿਊਜ਼ ਚਲੋ ਹੁਣ ਸਾਰਿਆਂ ਨੂੰ ਪਤਾ ਹੈ ਕਿ ਫਿਲਮ ਜਿਹੜੀ ਆ ਉਹ ਰਿਲੀਜ਼ ਹੋਈ ਹੈ ਇੰਡੀਆ ਚ ਪਹਿਲੇ ਦਿਨ ਨਹੀਂ ਹੋਈ ਦੂਜੇ ਦਿਨ ਪ੍ਰੋਪਰ ਰਿਲੀਜ਼ ਹੋਈ ਤੇ ਬਾਕੀ ਸ਼ੁਕਰ ਹੈ ਚਲੋ ਆਪਾਂ ਨੂੰ ਕੈਨੇਡਾ ਅਮਰੀਕਾ ਨੇ ਬਚਾ ਲਿਆ ਹੁਣ ਮੈਂ ਨਾ ਹਰ ਚੀਜ਼ ਰਿਵੀਲ ਕਰਦਾ ਚੰਗਾ ਨੀ ਲੱਗਦਾ ਨਹੀਂ ਕਰੋ ਕਰੋ ਭਾਈ ਕਰੋ ਸਾਡੇ ਕੋਲ ਨੀ ਆਉਣਾ ਕੋਈ ਸਾਨੂੰ ਕੁਛ ਲਾ ਦੇ ਸਾਡੇ ਤੇ ਕੋਈ ਖਬਰ ਲਾ ਦੇ ਤੇ ਸਾਡੇ ਇਹ ਸਾਡੇ ਕੋਲ ਨੀ ਆਉਣਾ ਅਸੀਂ ਫਿਲਮ ਦੇ ਕਲਾਕਾਰ ਆ ਤੇ ਅਸੀਂ ਡਾਇਰੈਕਟਰ ਕਲਾਕਾਰ ਆ ਅਸੀਂ ਸਿਰਫ ਆਪਦੀ ਇੱਕ ਫੀਸ ਲਈ ਹੈ ਬਸ ਇਹ ਜਿਹੜਾ ਪੈਸਾ ਆ ਰਿਹਾ ਸਾਰਾ ਪ੍ਰੋਡਿਊਸਰਾਂ ਨੂੰ ਹੋਰ ਗੱਲ ਕੋਈ ਸਾਡੇ ਤੇ ਛਾਪਾ ਪਾ ਦੇ ਖਤਰਾ ਹੀ ਬਹੁਤ ਹੈ ਆਰਟਿਸਟ ਨੂੰ ਤਾਂ ਬੁਲਾਉਂਦੇ ਬੜੀ ਛੇਤੀ ਨੇ ਭਾਈ ਹਾਂ ਹੋਰ ਜੀ ਤੇ ਅਸੀਂ ਆਪਦਾ ਕੰਮ ਕਰਕੇ ਨਿਕਲ ਗਏ ਸਾਨੂੰ ਅਸੀਂ ਲੈ ਲਈ ਫੀਸ ਬਸ ਦੈਟਸ ਇਟ ਫੀਸ ਤੇ ਤਾਰੀਫ ਤੇ ਬਸ ਤਾੜੀਆਂ ਕਰਕੇ ਚਾਹੀਦਾ ਮੇਰੇ ਤਾਂ ਪਾਪਾ ਨੇ ਨਾ ਪਹਿਲੀ ਵਾਰੀ ਤਾਰੀਫ ਕੀਤੀ ਹੋਣੀ ਆ ਵੀ ਮੇਰਾ ਕੁਛ ਹੋਇਆ ਜਿਦਾਂ ਮੈਂ ਕਈ ਵਾਰੀ ਗਾਣਾ ਭੇਜਦਾ ਤਾਂ ਕਹਿਣਗੇ ਹਾਂ ਠੀਕ ਆ ਮਤਲਬ ਕਦੀ 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 ਤਾਰੀਫ ਕਰਦੇ ਆ ਕਿਸੇ ਕਿਸੇ ਚੀਜ਼ ਦੀ ਤੇ ਐਰਕਾ ਫਿਲਮ ਵੇਖ ਕੇ ਉਹਨਾਂ ਨੇ ਤਾਂ ਉਦਣ ਹੀ ਦੇਖੀ ਫਰਾਈਡੇ ਨੂੰ ਜਿੱਦਣ ਲੱਗੀ ਆ ਰਾਤ ਔਰ ਮੇਰੇ ਪਾਪਾ ਨੇ ਤਾਰੀਫ ਕੀਤੀ ਕਹਿੰਦੇ ਆਹ ਫਿਲਮ ਬਹੁਤ ਜਿਆਦਾ ਸੋਹਣੀ ਸੀ ਮੈਂ ਕਿਹਾ ਬਸ ਪਾਪਾ ਨੂੰ ਪਸੰਦ ਆ ਕਿ ਹੁਣ ਨੀ ਆਪਾਂ ਕਿਸੇ ਤੋਂ ਪੁੱਛਣਾ ਠੀਕ ਆ ਸਾਰਿਆਂ ਦੇ ਪਾਪਾ ਦੀ ਗੱਲ ਹੋ ਗਈ ਤੇ ਮੈਂ ਵੀ ਦੱਸ ਦੇਵਾਂ ਤੁਸੀਂ ਵੀ ਆਪਣੇ ਪਾਪਾ ਦੀ ਗੱਲ ਕਰ ਲਓ ਜੀ ਮੈਂ ਵੀ ਆਪਣੇ ਡੈਡੀ ਦੱਸ ਦੀ ਤੁਸੀਂ ਵੀ ਦੱਸ ਦਿਓ ਭਾਈ ਉਹ ਨਾ ਫੇਸਬੁੱਕ ਤੇ ਉਹਨਾਂ ਨੇ ਪਾਇਆ ਵੀ ਸਾਰੀ ਕਾਸਟ ਦਾ ਸਾਰਿਆਂ ਦਾ ਬਹੁਤ ਸ਼ੁਕਰੀਆ ਬੜਾ ਧੰਨਵਾਦ ਔਰ ਬੜੀਆਂ ਵਧਾਈਆਂ ਉਹਨਾਂ ਦੇ ਥੱਲੇ ਐਵੇਂ ਕਿਸੇ ਨੇ ਕਮੈਂਟ ਪਾਇਆ ਕਿ ਹੋਰ ਤੇ ਕਿਸੇ ਰਾਈਟਰ ਦੀ ਤਾਰੀਫ ਕਰਦੇ ਨਹੀਂ ਆਪਣੇ ਬੱਚੇ ਦੀ ਬੜੀ ਕਰਦੇ ਤੁਹਾਡਾ ਭਲਾ ਹੋ ਜੇ ਪਰ ਉਹਦੇ ਥੱਲੇ ਫਿਰ ਭਾਜੀ ਇਹ ਫਿਲਮ ਦੀ ਤਾਕਤ ਹੈ ਕਿ ਉਹ ਪਾਪਾ ਨੂੰ ਬੋਲਣ ਦੀ ਲੋੜ ਨੀ ਪਈ ਬਟ ਜੋ ਲੋਕਾਂ ਨੇ ਉਹ ਕਿਹਾ ਕਿ ਯਾਰ ਹਨਾ ਵੀ ਔਰ ਮਾਂ ਬਾਪ ਨੂੰ ਹੱਕ ਹੁੰਦਾ ਹੈ ਜੀ ਆਪਣੇ ਬੱਚੇ ਦੀ 100% ਹੈ ਜੀ 100% ਉਹ ਤਾਂ ਹੋਰ ਦੱਸੋ ਇਨਕਾਰਨ ਕੀ ਔਰ ਚਾਹ ਕੀ ਹੁੰਦਾ ਜੀ ਇਹੀ ਚਾਹ ਹੁੰਦਾ ਜਿਹੜਾ ਬੰਦਾ ਕਿਸੇ ਦਾ ਅਫਸਰ ਲੱਗਦਾ ਸਾਡੀ ਅਸੀਂ ਅਫਸਰ ਤੋਂ ਲੱਗਣਾ ਸਾਡੀ ਫਿਲਮ ਲੱਗਣੀ ਹੈ ਸਾਡੀ ਤਾਂ ਫਿਲਮ ਲੱਗਣੀ ਹੈ ਹਾਂਜੀ ਤੋ ਚਾਹ ਸਾਨੂੰ ਬੜੀ ਬੰਦਾ ਚਾਹ ਦਾ ਹਾਂ ਭਾਜੀ ਹੋਰ ਉਹਨਾਂ ਦੀਆਂ ਤੇ ਇਹੀ ਖੁਸ਼ੀਆਂ ਨੇ ਹਾਂਜੀ 100% ਸੋ ਫਿਲਮ ਵੀ ਇਹੀ ਹੈ ਜੀ ਔਰ ਕਲਾਕਾਰਾਂ ਹਾਂ ਭਾਈ ਇਹ ਹੁਣ ਕੁਦਰਤੀ ਵੇਖੋ ਕਿ ਆਪਾਂ ਆਪਣੇ ਪੇਰੈਂਟਸ ਦੀ ਗੱਲ ਕਰ ਰਹੇ ਇਹੀ ਫਿਲਮ ਕਲਾਕਾਰਾਂ ਦੇ ਪੇਰੈਂਟਸ ਹੁੰਦੇ ਨੇ ਬੱਚੇ ਹੁੰਦੇ ਨੇ ਭੈਣ ਭਰਾ ਹੁੰਦੇ ਨੇ ਉਹ ਵੀ ਹਿਊਮਨ ਹੁੰਦੇ ਹੈ ਸੋ ਇਹੀ ਇਸ ਫਿਲਮ ਦੀ ਆਪਣੀ ਦੀ ਗੱਲ ਆ ਕਿ ਮੈਂ ਕਿਤੇ ਕਹਿ ਰਿਹਾ ਸਾਂ ਵੀ ਉਹ ਭੈਣ ਦਾ ਜਿਹੜਾ ਕਿਰਦਾਰ ਹੈ ਆਪਣੇ ਗਾਣੇ ਪਾਸ ਕਰਾਉਣੇ ਆ ਤੇ ਭੈਣ ਕੋਲੋਂ ਕਰਾਉਣੇ ਆ ਇਹ ਲੋਕਾਂ ਨੂੰ ਏਦਾਂ ਲੱਗਦਾ ਹੁੰਦਾ ਵੀ ਸ਼ਾਇਦ ਕਲਾਕਾਰ ਤਾਂ ਇੱਕ ਰੋਬੋਟ ਹੈ
शायद है ना भी उन्होंने कोई इमोशंस या रिश्ते या नहीं होंगे, इसलिए बहुत जल्दी टारगेट हो जाते हैं, बना ले जाते हैं। बट मैं लगता जी कि फिल्म तो बाद एक कलाकार अंदरूनी टुट भज की लोगों अहमियत पता लगेगी और उन्होंने बारे नॉलेज होगी। हाँ यार ये भी इन्हों भी असर होंगे चीजा नहीं 100% भाई। मैं जिन्हें रिव्यू देखता